ਪ੍ਰਾਈਮ ਡਿਬੇਟ ਵਿਚ ਤੁਹਾਡਾ ਸਵਾਗਤ ਹੈ। ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਦਾ ਮਾਮਲਾ ਪਿਛਲੇ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਤੇ ਇਸ ਮੁੱਦੇ ਤੇ ਹਰਿਆਣਾ ਦੇ ਸਿੱਖ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਦੀਆਂ ਆਪੋ ਆਪਣੀਆਂ ਦਲੀਲਾਂ ਨੇ। ਹਰਿਆਣਾ ਦੇ ਸਿੱਖ ਆਗੂ ਜਥੇਦਾਰ ਜਗਦੀਸ਼ ਸਿੰਘ ਚੀਂਡਾ ਨੇ 15 ਸਤੰਬਰ ਤੱਕ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ। ਇਸ ਬਹੁਤ ਹੀ ਨਾਜ਼ੁਕ ਮੁੱਦੇ ਉੱਤੇ ਸਿਆਸਤ ਪੱਖੀ ਹੋਈ ਹੈ। ਇਸੇ ਮੁੱਦੇ ਦੀਆਂ ਤੈਅਾਂ ਅੱਜ ਅਸੀਂ ਆਪਣੀ ਗੱਲਬਾਤ ਵਿਚ ਫਰੋਲਣ ਦੀ ਕੋਸ਼ਿਸ਼ ਕਰਾਂਗੇ। ਹਰਿਆਣਾ ਦੀ ਵੱਖਰੀ ਕਮੇਟੀ ਦਾ ਮਾਮਲਾ ਆਖਿਰ ਹੈ ਕੀ ਹੈ? ਹਰਿਆਣਾ ਦੇ ਸਿੱਖਾਂ ਦੇ ਦੋਸ਼ ਅਤੇ ਇਸ ਮੁੱਦੇ ਤੇ ਕੀ ਕਹਿੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ? ਆਓ ਮਾਰਦੇ ਹਾਂ ਨਜ਼ਰ ਸਾਡੀ ਇਸ ਰਿਪੋਰਟ ਉੱਤੇ। ਹਰਿਆਣਾ ਦੇ ਸਿੱਖ ਆਗੂ ਜਥੇਦਾਰ ਜਗਦੀਸ਼ ਸਿੰਘ ਝਿੰਡਾ ਵੱਲੋਂ ਸੂਬਾ ਸਰਕਾਰ ਨੂੰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਦਿੱਤੇ 15 ਸਤੰਬਰ ਦੇ ਅਲਟੀਮੇਟਮ ਨਾਲ ਸਿੱਖ ਸਿਆਸਤ ਵਿੱਚ ਇੱਕ ਵਾਰ ਫਿਰ ਗਰਮੀ ਆ ਗਈ ਹੈ। ਜਥੇਦਾਰ ਝਿੰਡਾ ਦਾ ਦੋਸ਼ ਹੈ ਕਿ ਸ਼੍ਰੋਮਣੀ ਕਮੇਟੀ ਹਰਿਆਣਾ ਦੇ ਸਿੱਖਾਂ ਨੂੰ ਹਮੇਸ਼ਾ ਅਣਗੌਲਿਆਂ ਕਰਦੀ ਹੈ, ਇਸ ਲਈ ਹਰਿਆਣਾ ਦੇ ਸਿੱਖ ਹੁਣ ਵੱਖਰੀ ਕਮੇਟੀ ਲੈ ਕੇ ਹੀ ਰਹਿਣਗੇ। ਅਕਾਲ ਤਖਤ ਸਾਹਿਬ ਨੇ ਕੇਵਲ ਤੋਂ ਕੇਵਲ ਅਕਾਲੀ ਦਲ ਬਾਦਲ ਕੀ ਬਾਤ ਕੋ ਸੋਚਾ ਹੈ, ਸਾਰੇ ਹਰਿਆਣੇ ਕੇ ਸਿੱਖੋਂ ਕੋ ਉਨ੍ਹੋਂਨੇ ਇਗਨੋਰ ਕੀਆ ਹੈ, ਇਸ ਲਈ ਹਰਿਆਣੇ ਕੇ ਸਿੱਖੋਂ ਮੇਂ ਬਹੁਤ ਬੜਾ ਰੋਸ਼ ਹੈ ਔਰ 15 ਸਤੰਬਰ ਕੋ ਆਰ ਪਾਰ ਕੀ ਲੜਾਈ ਹੋਗੀ ਜਾਂ ਸ਼ਹੀਦੀ ਹੋਗੀ ਜਾਂ ਕੁਰਬਾਨੀ ਹੋਗੀ ਜਾਂ ਆਜ਼ਾਦੀ ਹੋਗੀ ਜਾਂ ਸ਼ਹੀਦੀ ਹੋਗੀ ਔਰ ਗੁਰਦੁਆਰਾ 15 ਸਤੰਬਰ ਸੇ ਬਾਅਦ ਐਸਾ ਮੋਰਚਾ ਲਗਾਇਆ ਜਾਏਗਾ, ਉਹ ਆਪਣੀ ਗੁਰਦੁਆਰੇ ਕੋ ਆਜ਼ਾਦ ਕਰਾ ਦੇ। ਆਲ ਇੰਡੀਆ ਗੁਰਦੁਆਰਾ ਐਕਟ 1925 ਤਹਿਤ ਕੰਮ ਕਰਨ ਵਾਲੀ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ ਅਤੇ ਇਸ ਦਾ ਸਾਲਾਨਾ ਬਜਟ 205 ਕਰੋੜ ਰੁਪਏ ਦੇ ਕਰੀਬ ਬਣਦਾ ਹੈ। ਸ਼੍ਰੋਮਣੀ ਕਮੇਟੀ ਦੇਸ਼ ਭਰ ਦੇ 200 ਦੇ ਕਰੀਬ ਗੁਰਦੁਆਰਿਆਂ ਅਤੇ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਚਲਾਉਂਦੀ ਹੈ, ਪਰ ਹਰਿਆਣਾ ਦੇ ਸਿੱਖ ਦਿੱਲੀ ਕਮੇਟੀ ਅਤੇ ਮਹਾਰਾਸ਼ਟਰ ਬੋਰਡ ਦੀ ਤਰਜ਼ ਤੇ ਵੱਖਰੀ ਕਮੇਟੀ ਦੀ ਮੰਗ ਕਰਦੇ ਨੇ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਰਿਆਣਾ ਦੇ ਸਿੱਖਾਂ ਦੀ ਮੰਗ ਨੂੰ ਕਾਂਗਰਸ ਪਾਰਟੀ ਦੀ ਸਿਆਸਤ ਦੱਸਦੇ ਹੋਏ ਹਰਿਆਣਾ ਦੇ ਸਿੱਖਾਂ ਦਾ ਸਮਰਥਨ ਆਪਣੇ ਨਾਲ ਹੋਣ ਦੀ ਗੱਲ ਕਹਿੰਦੇ ਨੇ। उनको मैं ये ज्ञात कर रहा हूँ कि वो किसी भी जगह जाएंगे उनको वही स्वरूप मिलेगा जो कुरुक्षेत्र में मिलने वाला। हथियार उठाने की जरूरत ही नहीं है, सिख संगत इतनी बड़ी गिनती में होगी तो इनके हथियार तो वैसे ही छीन लेंगे, इनके हथियार छीन लेंगे। मैं ऐसी लड़ाई की जरूरत नहीं है क्योंकि हमने अंदर की प्रबंध की बात किया ना, तो गुरुद्वारा साहब के अंदर हम ऐसी कोई कार्रवाई नहीं करेंगे जिसके साथ के उसकी मान मर्यादा को ਹਰਿਆਣਾ ਦੇ ਗੁਰਦੁਆਰਿਆਂ 'ਚ ਸਾਲਾਨਾ ਆਮਦਨ 10 ਕਰੋੜ ਰੁਪਏ ਦੇ ਕਰੀਬ ਬਣਦੀ ਹੈ ਅਤੇ ਜਥੇਦਾਰ ਝਿੰਡਾ 1,28,000 ਤੋਂ ਵੱਧ ਸਿੱਖਾਂ ਤੋਂ ਵੱਖਰੀ ਕਮੇਟੀ ਦੇ ਹੱਕ 'ਚ ਹਲਫੀਆ ਬਿਆਨ ਸਰਕਾਰ ਨੂੰ ਦਵਾ ਚੁੱਕੇ ਨੇ। ਹਰਿਆਣਾ ਸਰਕਾਰ ਵੱਲੋਂ ਇਸ ਮਸਲੇ ਨੂੰ ਠੰਡੇ ਬਸਤੇ 'ਚ ਪਾਇਆ ਜਾ ਚੁੱਕਾ ਹੈ, ਪਰ ਹੁਣ 15 ਸਤੰਬਰ ਦੇ ਅਲਟੀਮੇਟਮ ਤੋਂ ਬਾਅਦ ਸਭ ਦੀਆਂ ਨਜ਼ਰਾਂ ਜਥੇਦਾਰ ਝਿੰਡਾ ਅਤੇ ਉਹਨਾਂ ਦੇ ਗਰੁੱਪ 'ਤੇ ਲੱਗ ਗਈਆਂ ਨੇ। ਕੀ ਹਰਿਆਣਾ ਦੀ ਵੱਖਰੀ ਕਮੇਟੀ ਦੀ ਮੰਗ ਜਾਇਜ਼ ਹੈ? ਇਸ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਵਿਚ ਮੌਜੂਦ ਨੇ ਦੀਦਾਰ ਸਿੰਘ ਨਲਵੀ ਜੋ ਨੇ ਮੈਂਬਰ SGPC ਕੁਰੂਕਸ਼ੇਤਰ ਤੋਂ, ਸੁਖਦੇਵ ਸਿੰਘ ਗੋਬਿੰਦਗੜ ਸਾਬਕਾ ਪ੍ਰਧਾਨ ਹਰਿਆਣਾ ਅਕਾਲੀ ਦਲ, ਭਾਈ ਅਸ਼ੋਕ ਸਿੰਘ ਬਾਗੜੀਆ ਸਿੱਖ ਵਿਦਵਾਨ, ਮਨਜੀਤ ਸਿੰਘ ਖਹਿਰਾ ਸੀਨੀਅਰ ਵਕੀਲ। ਨਲਵੀ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਾਂਗੀ, ਨਵੀਂ ਗੁਰਦੁਆਰਾ ਕਮੇਟੀ ਦੀ ਮੰਗ ਕਿਉਂ? ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਮੰਗ ਇਸ ਕਰਕੇ ਹੈ ਕਿ ਜਦੋਂ 1966 ਵਿੱਚ ਪੰਜਾਬੀ ਸੂਬਾ ਦੀ ਮੰਗ ਅਕਾਲੀਆਂ ਨੇ ਕੀਤੀ ਤਾਂ ਉਸ ਵਕਤ ਪਾਰਲੀਮੈਂਟ ਨੇ ਇੱਕ ਕਾਨੂੰਨ ਪਾਸ ਕੀਤਾ ਸੀ ਜਿਹਦਾ ਨਾਂ ਹੈ ਪੰਜਾਬ ਪੁਨਰਗਠਨ ਐਕਟ 1966। ਉਸ ਦੇ ਸੈਕਸ਼ਨ 72 ਦੇ ਵਿੱਚ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਪ੍ਰਾਵਧਾਨ ਪਾਰਲੀਮੈਂਟ ਨੇ ਕੀਤਾ ਹੋਇਆ ਹੈ। ਹਾਂਜੀ, ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਸ ਐਕਟ ਦੇ ਉੱਤੇ ਸੈਕਸ਼ਨ 72 ਦੇ ਉੱਤੇ ਪੰਜਾਬ ਦੇ ਉਸ ਵਕਤ ਦੇ ਅਕਾਲੀ MPs ਦੇ ਦਸਖਤ ਨੇ ਔਰ ਫਿਰ ਵੀ ਉਹ ਇਸ ਗੱਲ ਤੋਂ ਮੁਕਰਦੇ ਨੇ। ਇਹ ਤੇ ਕਿ ਇਹੀ ਇੱਕ ਕਾਰਨ ਹੈ, ਬਿਲਕੁਲ ਸਾਡਾ ਜਦੋਂ ਸਾਨੂੰ ਇੱਕ ਲੀਗਲ ਰਾਈਟ ਮਿਲਿਆ ਹੈ, ਅਸੀਂ ਆਪਣਾ ਲੀਗਲ ਰਾਈਟ ਕਿਉਂ ਨਾ ਲਈਏ? ਗੁਰੂ ਘਰ ਦੀ ਸਾਂਭ ਸੰਭਾਲ ਸੇਵਾ ਮਿਲੇ, ਕੌਣ ਸਿੱਖ ਮੁਕਰੇਗਾ? SGPC ਤੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਹਰਿਆਣਾ ਦੇ ਜਿਹੜੇ ਗੁਰਦੁਆਰੇ ਨੇ ਉਹਨਾਂ ਦੇ ਅੰਡਰ ਜਿਹੜੇ ਆਉਂਦੇ ਨੇ ਉਹਨਾਂ ਦੀ ਚੰਗੀ ਤਰ੍ਹਾਂ ਨਾਲ ਰੱਖ ਰਖਾਵ ਨਹੀਂ ਕੀਤੀ ਜਾਂਦੀ, ਸਾਂਭ ਸੰਭਾਲ ਨਹੀਂ ਕੀਤੀ ਜਾਂਦੀ ਚੰਗੀ ਤਰ੍ਹਾਂ, ਕਿ ਉਹਨਾਂ ਨੇ ਕਦੀ ਵੀ ਨਹੀਂ ਕੀਤੀ। ਉਹ ਤਾਂ ਸਿਰਫ ਮੈਂ ਸਮਝਦਾ ਹਾਂ ਕਿ SGPC ਜਿਹੜੀ ਹੈ ਉਹ ਇਸ ਵਕਤ ਉਹੀ ਰੋਲ ਅਦਾ ਕਰ ਰਹੀ ਹੈ ਜਿਹੜਾ ਕਦੀ ਕਿਸੇ ਵਕਤ ਈਸਟ ਇੰਡੀਆ ਕੰਪਨੀ ਨੇ ਕੀਤਾ ਸੀ। ਉਹ ਇਹ ਸਿਰਫ ਐਕਸਪਾਇਰ ਕਰ ਰਹੇ ਨੇ, ਸਾਨੂੰ ਹੋਰ ਇਹਨਾਂ ਨੇ ਅੱਜ ਤੱਕ ਸਾਨੂੰ ਕੁਛ ਨਹੀਂ ਦਿੱਤਾ, ਕੋਈ ਸਕੂਲ ਨਹੀਂ, ਕਾਲਜ ਨਹੀਂ, ਹਸਪਤਾਲ ਨਹੀਂ, ਕੋਈ ਵੀ ਗੁਰਦੁਆਰੇ ਦੀ ਇੱਕ ਵੀ 2 ਪੈਸੇ ਦੀ ਇੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਖਾਤੇ ਵਿੱਚੋਂ ਅੱਜ ਤੀਕਰ ਨਹੀਂ ਲਾਈ। ਜਿਹੜੇ ਵੀ ਗੁਰਦੁਆਰਿਆਂ ਦਾ ਕੋਈ
ਮਾਡਰਨਾਈਜੇਸ਼ਨ ਹੋਈ ਹੈ, ਨਵੀਨੀਕਰਨ ਹੈ, ਕੋਈ ਰਿਪੇਅਰ ਹੋਈ ਹੈ, ਕੁਛ ਹੋਈ ਹੈ, ਤਾਂ ਉਹ ਕਾਰ ਸੇਵਾ ਵਾਲੇ ਬਾਬੇ ਔਰ ਉਹਨਾਂ ਦੇ ਵਿੱਚ ਜੋ ਉੱਥੋਂ ਦੀ ਸੰਗਤ ਹੈ ਉਹਨਾਂ ਦੀ ਸੇਵਾ, ਚਾਹੇ ਉਹ ਕਣਕ ਦੇ ਰੂਪ ਵਿੱਚ ਹੈ, ਚਾਹੇ ਉਹ ਜੀਰੀ ਦੇ ਰੂਪ ਵਿੱਚ ਹੈ, ਅਤੇ ਸਿਰ ਉਹਨਾਂ ਦੇ, ਬੱਠਲ ਉਹਨਾਂ ਦੇ, ਸਭ ਕੁਛ ਉਹਨਾਂ ਦਾ, ਸੀਮਿੰਟ ਉਹਨਾਂ ਦਾ, ਸਰੀਆ ਉਹਨਾਂ ਦਾ, ਅਤੇ SCPC ਤਾਂ ਮੁਫ਼ਤ ਦੀ ਉੱਥੋਂ ਦੀ ਪ੍ਰਬੰਧਕ ਬਣੀ ਫਿਰਦੀ ਹੈ। ਜੋ ਤੁਸੀਂ ਕਹਿ ਰਹੇ ਹੋ ਉਹਦੇ ਉੱਤੇ ਅਸੀਂ ਅਵਤਾਲ ਜੀ ਦੇ ਨਾਲ, ਜੋ SCPC ਦੇ ਪ੍ਰਧਾਨ ਨੇ, ਉਹਨਾਂ ਨਾਲ ਥੋੜ੍ਹੀ ਦੇਰ ਪਹਿਲਾਂ ਅਸੀਂ ਫੋਨ ਉੱਤੇ ਗੱਲਬਾਤ ਕੀਤੀ ਸੀਗੀ, ਆਓ ਜਾਣਦੇ ਉਹਨਾਂ ਦਾ ਕੀ ਕਹਿਣਾ। ਦੇਖੋ ਹਰਿਆਣਾ ਨਹੀਂ, ਸਾਰੇ ਪੰਜਾਬ ਦੇ ਜਿਹੜੇ ਜਿੱਥੇ ਗੁਰਦੁਆਰਾ ਸਾਹਿਬ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਿਸੇ ਪ੍ਰਬੰਧ ਅਧੀਨ ਨੇ, ਉਹਨਾਂ ਸਾਰਿਆਂ ਦਾ ਪ੍ਰਬੰਧ ਬੜੀ ਸੁਚੱਜਤਾ ਨਾਲ ਕੀਤਾ ਜਾ ਰਿਹਾ। ਔਰ ਮੈਂ ਸਮਝਦਾ ਕਿ ਗੁਰਦੁਆਰਾ ਨਾਢਾ ਸਾਹਿਬ ਦੇ ਪ੍ਰਬੰਧ ਬਾਰੇ ਅੱਜ ਤੋਂ 2 ਸਾਲ ਪਹਿਲਾਂ ਜਿਹੜੀ ਪੰਜਾਬੀ ਟ੍ਰਿਬਿਊਨ ਨੇ ਬਹੁਤ ਵੱਡਾ ਆਰਟੀਕਲ ਲਿਖਿਆ ਸੀ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਚੱਜਾ ਪ੍ਰਬੰਧ ਦੇਖਣਾ, ਚੰਗਾ ਪ੍ਰਬੰਧ ਦੇਖਣਾ, ਪਾਰਦਰਸ਼ੀ ਪ੍ਰਬੰਧ ਦੇਖਣਾ, ਤੇ ਗੁਰਦੁਆਰਾ ਨਾਢਾ ਸਾਹਿਬ ਦੇ ਦਰਸ਼ਨ ਕਰੋ। ਕੀਂਡਾ ਐਂਡ ਕੰਪਨੀ ਦੀ ਜਿਹੜੀ ਇਹ ਵੱਖਰੀ ਕਮੇਟੀ ਦੀ ਗੱਲ ਹੈ, ਇਹ ਸਮਾਰਥ ਅਧੀਨ ਹੈ ਔਰ ਸਰਕਾਰ ਦੇ ਇਸ਼ਾਰੇ ਤੇ ਕੀਤੀ ਗਈ ਮੰਗ ਹੈ ਔਰ ਇਹਦਾ ਕੋਈ ਜਨਤਕ ਆਧਾਰ ਨਹੀਂ। ਹਰਿਆਣੇ ਦੀਆਂ ਸਿੱਖ ਸੰਗਤਾਂ, ਜਿਹੜੇ 20 ਲੱਖ ਦੇ ਕਰੀਬ ਸਿੱਖ ਹਰਿਆਣੇ ਚ ਰਹਿੰਦੇ ਆ, ਉਹ ਕਤਈ ਤੌਰ ਤੇ ਇਸ ਮੰਗ ਦੇ ਨਾਲ ਸਹਿਮਤ ਨਹੀਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਸੰਸਥਾ ਹੈ। ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਇਹ ਸੰਸਥਾ ਹੈ ਔਰ ਬੜਾ ਵੱਡਾ ਖੂਨ ਡੋਲਿਆ ਕੌਮ ਨੇ ਇਸ ਸੰਸਥਾ ਨੂੰ ਬਣਾਉਣ ਲਈ ਔਰ ਸਿਰੇ ਚਾੜਨ ਲਈ। ਔਰ ਇਹੋ ਜਿਹੇ ਜਿਹੜੇ ਪੰਥਕ ਗਦਾਰ ਝੀਂਦੇ ਰਹੇ ਔਰ ਇਹਨਾਂ ਗਦਾਰਾਂ ਦੇ ਕਰਕੇ ਨਾ ਇਸ ਸੰਸਥਾ ਨੂੰ ਕੋਈ ਨੁਕਸਾਨ ਪਹੁੰਚਾ ਸਕਦਾ, ਨਾ ਹੀ ਇਹਨੂੰ ਨੁਕਸਾਨ ਪਹੁੰਚਾਇਆ ਜਾਏਗਾ। ਔਰ ਮੈਂ ਸਮਝਦਾ ਕਿ ਹਰਿਆਣੇ ਦੀ ਸਿੱਖ ਸੰਗਤ ਪੂਰਨ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਉਹ ਸਮਰਥਨ ਕਰਦੀ ਹੈ, ਕਰਦੀ ਸੀ, ਕਰਦੀ ਰਹੇਗੀ। ਦੀਦਾਰ ਜੀ, ਤੁਸੀਂ ਸੁਣਿਆ ਹੋਣੀ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਬਿਲਕੁਲ ਹੀ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਜੋ ਹਰਿਆਣਾ ਦੇ ਜਿਹੜੇ ਸਿੱਖ ਹੈਗੇ ਨੇ ਉਹਨਾਂ ਦੀ ਪੂਰੀ ਪੂਰੀ ਸਪੋਰਟ ਹੈਗੀ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਮੈਂ ਸਮਝਦਾ ਕਿ ਮੱਕੜ ਸਾਹਿਬ ਅਸਲੀਅਤ ਤੋਂ, ਸੱਚਾਈ ਤੋਂ ਕੰਮ ਨਹੀਂ ਲੈ ਰਿਹਾ, ਕਿਉਂਕਿ ਹਕੀਕਤ ਇਹ ਹੈ ਕਿ ਪਿਛਲੇ ਦਿਨਾਂ ਵਿੱਚ ਚੱਠਾ ਕਮੇਟੀ ਬਣਾ ਕੇ ਹਰਿਆਣੇ ਦੀ ਸਰਕਾਰ ਨੇ ਇਸ ਗੱਲ ਬਾਰੇ ਐਫੀਡੇਵਿਟ ਲਏ ਸਨ, ਤਾਂ ਉਹ ਜਿਹੜੇ ਐਫੀਡੇਵਿਟ ਲਏ ਨੇ ਉਹ ਸਰਕਾਰ ਦੇ ਰਿਕਾਰਡ ਵਿੱਚ ਅੱਜ ਵੀ ਮੌਜੂਦ ਨੇ। ਉਹ ਸਾਰੇ ਦੇ ਸਾਰੇ ਜਿਹੜੇ ਐਫੀਡੇਵਿਟ ਨੇ 99.99% ਉਹ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਨੇ। ਪਰ ਇਸ ਤੋਂ ਵੀ ਵਧੀਆ ਗੱਲ, ਵੱਡੀ ਗੱਲ ਮੈਂ ਕਹਿਣੀ ਚਾਹਾਂਗਾ ਕਿ ਪੰਜਾਬੀ ਸੂਬਾ ਬਣਾਉਣ ਦਾ ਕਾਨੂੰਨ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਤਹਿਤ ਉਹ ਤਾਂ ਇਸ ਮਾਲ ਹੈ, ਹਰਿਆਣੇ ਦੀ ਸਰਕਾਰ ਨੇ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਸੈਕਸ਼ਨ 3 ਦੇ ਤਹਿਤ ਹਰਿਆਣਾ ਦਾ ਸੂਬਾ ਬਣਿਆ, ਤਾਂ ਉਹਨਾਂ ਨੇ ਆਪਣਾ ਸੂਬਾ ਸੰਭਾਲ ਲਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਸੈਕਸ਼ਨ 27 ਦੇ ਤਹਿਤ ਬਣੀ ਹੈ, ਤਾਂ ਉਹ ਕੰਮ ਕਰਦੀ ਪਈ ਹੈ। ਤੇ ਸੈਕਸ਼ਨ 72 ਦੇ ਤਹਿਤ ਮੱਕੜ ਸਾਹਿਬ ਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਹੈਗਾ, ਉਹਨਾਂ ਨੇ ਕਦੀ ਸੈਕਸ਼ਨ 72 ਵੀ ਵੇਖਿਆ ਵੀ ਨਹੀਂ ਹੈਗਾ, ਤਾਂ ਉਹ ਜਿਹੜੀ ਸੈਕਸ਼ਨ 72 ਉਹਨੂੰ ਪੜ੍ਹ ਲੈਣ ਔਰ ਉਹਦੇ ਤੇ ਦਸਖਤ ਦੇਖ ਲੈਣ। ਪਾਰਲੀਮੈਂਟ ਵੱਡੀ ਹੈ ਕਿ ਮੱਕੜ ਸਾਹਿਬ ਵੱਡੇ ਨੇ? ਪਾਰਲੀਮੈਂਟ ਦੇ ਹੁਕਮ ਤੋਂ ਬਗੈਰ, ਪਾਰਲੀਮੈਂਟ ਸਾਵਰਨ ਹੈ, ਪਾਰਲੀਮੈਂਟ ਦੇ ਹੁਕਮ ਤੋਂ ਬਗੈਰ ਅਸੀਂ ਜੇ ਉਹ ਪਾਰਲੀਮੈਂਟ ਕਹਿ ਦੇ ਅਸੀਂ ਇਹ ਕਾਨੂੰਨ ਪਾਸ ਨਹੀਂ ਕੀਤਾ ਤਾਂ ਅਸੀਂ ਨਹੀਂ ਮੰਗਾਂਗੇ। ਅਮਨਜੀਤ ਜੀ, ਤੁਸੀਂ ਕਾਨੂੰਨ ਨੂੰ ਇੱਥੇ ਰਿਪ੍ਰੈਜ਼ੈਂਟ ਕਰ ਰਹੇ ਹੋ, ਤੁਹਾਡਾ ਕੀ ਕਹਿਣਾ? ਜੋ ਜਿਹੜੇ ਰਿਲੀਜੀਅਸ ਇਸ਼ੂਜ਼ ਨੇ ਇਹ ਕਾਨੂੰਨੀ ਵੀ ਹੁੰਦੇ ਆ, ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਕਾਬਜ਼ ਹੈ, ਜਿਹਨੂੰ ਰਿਪ੍ਰੈਜ਼ੈਂਟ ਕਰਦੇ ਆ ਮੱਕੜ ਸਾਹਿਬ, ਉਹਦੀ ਹਮੇਸ਼ਾ ਡਿਮਾਂਡ ਆਲ ਇੰਡੀਆ ਗੁਰਦੁਆਰਾ ਐਕਟ ਦੀ ਰਹੀ ਹੈ। ਹਾਂਜੀ, ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦ 77 'ਚ ਬਣੀ ਉਸਨੇ ਵੀ ਕਮੇਟੀ ਬਣਾਈ ਆਲ ਇੰਡੀਆ ਗੁਰਦੁਆਰਾ ਐਕਟ ਡਰਾਫਟ ਕਰਨ ਲਈ। ਜਸਟਿਸ ਹਰਬੰਸ ਸਿੰਘ ਉਹਦੇ ਚੇਅਰਮੈਨ ਸੀ, ਮੈਂ ਵੀ ਉਹਦਾ ਮੈਂਬਰ ਸੀ, ਸਰਦਾਰ ਭਾਨ ਸਿੰਘ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਸੈਕਟਰੀ ਵੀ ਉਹਦੇ ਮੈਂਬਰ ਸੀ, ਬਾਦਲ ਸਾਹਿਬ ਦੇ ਜਿਹੜੇ ਲੀਗਲ ਮੈਂਬਰਸ ਸੀ, ਜੈ ਸਿੰਘ ਸੇਖੋਂ ਬਾਅਦ ਹਾਈਕੋਰਟ ਦੇ ਜੱਜ ਬਣੇ ਉਹ ਵੀ ਮੈਂਬਰ ਸੀ, ਸਰਦਾਰ ਗੁਨਾਮ ਸਿੰਘ ਤੀਰ ਮੈਂਬਰ ਸੀ। ਉਹ ਜਿਹੜਾ ਐਕਟ ਸਾਰੇ ਹਿੰਦੁਸਤਾਨ 'ਚ ਫਿਰ ਕੇ ਸਾਰੇ ਹਿੰਦੁਸਤਾਨ ਦੇ ਸਿੱਖਾਂ ਦੇ ਵਿਊਜ਼ ਲੈ ਕੇ ਡਰਾਫਟ ਕੀਤਾ ਸੀ ਆਲ ਇੰਡੀਆ ਗੁਰਦੁਆਰਾ ਐਕਟ, ਜਿਹਨੂੰ ਬਾਦਲ ਸਰਕਾਰ ਅਤੇ ਉਦੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਪਰੂਵ ਕੀਤਾ ਸੀ ਅਤੇ ਸੈਂਟਰ ਨੂੰ ਵੀ ਭੇਜ ਦਿੱਤਾ ਸੀ। ਉਹਦੇ ਵਿੱਚ ਪ੍ਰੋਵੀਜ਼ਨ ਸੀ ਕਿ ਸਾਰੀਆਂ ਸਟੇਟਾਂ ਦੀਆਂ ਜਿੱਥੇ ਜ਼ਿਆਦਾ ਪਾਪੂਲੇਸ਼ਨ ਹੈ, ਪੰਜਾਬ, ਹਰਿਆਣਾ, ਦਿੱਲੀ,
यूपी राजस्थान च वक्री वक्री कमेटी होगी स्टेटां दी ते बाकी ग्रुप होणगे साउथ दा ईस्ट दा सेंट्रल इंडिया दा मध्य प्रदेश दा श्रोमणी कमेटी होगी और सिर्फ श्री दरबार साहब अमृतसर ते पंजां तख्तां दा इंतजाम ते मर्यादा ओ तय करेगी वाइटल इशूज ने जेडे मर्यादा दे सिखां नाल जुड़वे ओ फैसला करनगे बाकी लोकल कमेटियां प्रबंध करनिया कमेटी बनी भी इस तरह का ही पास होया मगर कुछ वेस्टर्न इंटरेस्ट हर थां ते सी जिन्हां ने पास नहीं होण दिता ते शायद जिन्हां नूं लगा होए भाई साडे कब्जे चो ना निकल जाए वेस्टर्न इंटरेस्ट।